ਜਿਵੇਂ ਕਿ ਪੰਜਾਬ ਅੰਦਰ ਠੰਡ ਦਾ ਸੀਜ਼ਨ ਖਤਮ ਹੋ ਰਿਹਾ ਹੈ ਅਤੇ ਗਰਮੀ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਲੋਕਾਂ ਵੱਲੋਂ ਘਰਾਂ ਦਫ਼ਤਰਾਂ ਅਤੇ ਕਾਰਾਂ ਵਿੱਚ ਪੱਖੇ ਅਤੇ ਏਸੀ ਚਲਾਉਣੇ ਸ਼ੁਰੂ ਕਰ ਦਿੱਤੇ ਹਨ। ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਬੱਚਿਆਂ ਵੱਲੋਂ ਵੱਡਿਆਂ ਵੱਲੋਂ ਨਹਿਰਾਂ 'ਤੇ ਜਾ ਕੇ ਨਹਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਇੱਕ ਬੱਚਾ ਨਹਿਰ ਵਿੱਚ ਨਹਾ ਰਿਹਾ ਸੀ ਅਤੇ ਜੋ ਕਿ ਨਹਾਉਂਦਾ ਹੋਇਆ ਨਹਿਰ ਵਿੱਚ ਰੁੜ ਗਿਆ। ਉਸ ਨੂੰ ਲੱਭਣ ਲਈ ਗੋਤਾਖੋਰ ਲੱਗੇ ਹੋਏ ਹਨ ਅਤੇ ਪੁਲਿਸ ਵੀ ਲੱਗੀ ਹੈ, ਪਰ ਉਹ ਹਾਲੇ ਤੱਕ ਨਹੀਂ ਲੱਭ ਰਿਹਾ। ਇੱਥੇ ਇਹ ਘਟਨਾ ਤੋਂ ਸਾਫ਼ ਪਤਾ ਚੱਲਦਾ ਹੈ ਵੀ ਜਿਵੇਂ ਜਿਵੇਂ ਪੰਜਾਬ 'ਚ ਗਰਮੀ ਵਧੇਗੀ, ਕਈ ਬੱਚੇ ਅਤੇ ਕਈ ਪਰਿਵਾਰ ਵਾ ਇਹ ਆਪਣੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਨਾਲ ਅਕਸਰ ਨਹਿਰਾਂ 'ਤੇ ਅਤੇ ਝੀਲਾਂ 'ਤੇ ਨਹਾਉਣ ਜਾਂਦੇ ਹਨ, ਪਰ ਉਹ ਇਹ ਭੁੱਲ ਜਾਂਦੇ ਹਨ ਕਿ ਉਹ ਪੂਰੀ ਤਰ੍ਹਾਂ ਤੈਰਾਕ ਨਹੀਂ ਹਨ, ਉਹਨਾਂ ਨੂੰ ਪੂਰੀ ਤਰ੍ਹਾਂ ਤੈਰਨਾ ਨਹੀਂ ਆਉਂਦਾ ਹੈ, ਜਿਸ ਕਰਕੇ ਪਾਣੀ ਦੇ ਰੁਹਾਰ ਵਿੱਚ ਉਹ ਰੁੜ ਜਾਂਦੇ ਹਨ। ਹਰੇਕ ਪੰਜਾਬ ਵਾਸੀ ਅਤੇ ਮਾਪਿਆਂ ਨੂੰ ਚਾਹੀਦਾ ਹੈ ਆਪਣੇ ਬੱਚੇ ਅਤੇ ਪਰਿਵਾਰਾਂ ਦਾ ਧਿਆਨ ਰੱਖਣ ਤਾਂ ਜੋ ਅਜਿਹੀ ਘਟਨਾ ਤੋਂ ਬਚਿਆ ਜਾ ਸਕੇ। ਗੁਰਦਾਸਪੁਰ ਦੇ ਵਿੱਚ ਅਜਿਹਾ ਕੀ ਹੋਇਆ ਵੀ ਉਹ ਬੱਚਾ ਰੁੜ ਗਿਆ ਅਤੇ ਉਸ ਦੀ ਵੀਡੀਓ ਸਾਹਮਣੇ ਆਈ ਹੈ ਅਤੇ ਉੱਥੇ ਮੌਕੇ 'ਤੇ ਮੌਜੂਦ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਕੀ ਕੁਝ ਕਿਹਾ, ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਵੀਡੀਓ ਵੇਖੋ। ਇੱਧਰ ਪਿੱਛੇ ਨੂੰ ਥੋੜ੍ਹਾ ਜਿਹਾ, ਇੱਧਰ ਇੱਧਰ ਪਿੱਛੇ ਨੂੰ ਥੋੜ੍ਹਾ ਜਿਹਾ, ਉੱਥੇ ਇਹ ਆ, ਜਿੱਥੇ ਆ, ਹਾਂ ਹਾਂ, ਬਸ ਤੇਰੇ ਮੂਹੇ ਸਾਹਮਣੇ, ਮੂਹੇ ਸਾਹਮਣੇ ਵੇਖੋ ਮਾੜਾ ਜਿਹਾ, ਇਹ ਹੁਣ ਬਸ ਸੱਜੇ ਪਾਸੇ ਹੋ ਜਾ, ਥੋੜ੍ਹਾ ਸੱਜੇ ਪਾਸੇ ਹੋ, ਇੱਥੇ ਇਹ ਬਸ ਅੱਗੇ ਚੱਲ, ਇੱਥੇ ਦੇ ਹਾਂ ਟਿਕਾਣੇ ਗਿਆ ਇੱਥੇ ਕੀ ਕੋਈ ਵੀ ਹੋ ਯਾਰ ਬੱਚਾ ਯਾਰ ਜਗ੍ਹਾ ਵੀ ਅੱਛਾ ਸਕੂਲ ਦੇ ਨਾਮ ਦਾ ਮੁੰਡਾ ਅੱਠਵੀਂ ਕਲਾਸ 'ਚ ਪੜ੍ਹਦਾ ਸੀ, ਗੁੰਡੀ ਗੁੰਡੀਆ ਪਿੰਡ ਦਾ ਰਹਿਣ ਵਾਲਾ ਸੀ, ਬੇਸਿਕਲੀ ਨੇਪਾਲ ਤੋਂ ਰਹਿੰਦੇ ਸੀ, ਇਹਨਾਂ ਦਾ ਪਰਿਵਾਰ ਇੱਥੇ। ਇਹ ਅੱਜ ਹੋਰ ਬੱਚਿਆਂ ਨਾਲ ਨਹਾਉਣ ਆਇਆ ਸੀ ਇੱਥੇ ਤੁਬੜੀ ਪੁਲ 'ਤੇ, ਇਹਨੇ ਨਹਿਰ 'ਚ ਛਾਲ ਮਾਰੀ, ਕੁਝ ਦੇਰ ਤੈਰਦਾ ਰਿਹਾ, ਉਸ ਤੋਂ ਬਾਅਦ ਇਹਦੀ ਵਾਪਸ ਨਹੀਂ ਆਇਆ।
उस तो बाद आप भाल कर इतने मौके से खड़े भाजी इस दिन की लाश लभन वास्ते जो अपने गोताखोर भी लेंगे वो कोशिश कर रहे हैं भी जी बड़ी गलती है कि सर दो ढाई बजे की गल है जी सू सुन के पता लगे उदो मौके पर आ गए किन्ने गोताखोर लगे इस टाइम तो चार गोताखोर जी जो मुड़े इतने लागे लागे लोकल पिंड मंगाए फोन से कनेक्ट करके उन्हें मदद आप टूबा वगैरह लैके आए हैं होर साजो समान लिया उन्होंने आप भी नाल खड़े हैं फोर्स खड़ी नाल मदद लभ रहे हैं जल्दी से कोशिश कर रहे हैं जल्दी जल्दी पता लगे मुंडे भी नहान करके एबीएन न्यूज चैनल देखने वाले सभी दर्शकों से हम अपील करते हैं कि एबीएन न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।